ਕਲਗੀਧਰ ਪਾਤਸ਼ਾਹ ਜੋ ਜਾਪ ਸਾਹਿਬ ਵਿੱਚ ਕਹਿੰਦੇ ਨੇ, ਬੜੇ ਧਿਆਨ ਨਾਲ ਸੁਣਨਾ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਧਾਰਮਿਕ ਜਗਤ ਵਿੱਚ ਇਹਨਾਂ ਚਾਰਾਂ ਦੀ ਆਪਣੀ ਹਸਤੀ ਹੈ। ਪ੍ਰਥਮ ਮੰਤਰ, ਦੂਸਰਾ ਜੰਤਰ, ਤੀਸਰਾ ਤੰਤਰ, ਔਰ ਫਿਰ ਮੂਲ ਰੂਪ ਵਿੱਚ ਇਸ਼ਟ। ਉਸ ਇਸ਼ਟ ਨੂੰ ਸਾਹਮਣੇ ਰੱਖ ਕੇ ਇਹ ਤਿੰਨ ਗੱਲਾਂ ਚੱਲਦੀਆਂ ਨੇ, ਮੰਤਰ ਜੰਤਰ ਤੰਤਰ। ਪੰਕਤੀਆਂ ਮੈਂ ਤੁਹਾਨੂੰ ਫਿਰ ਸੁਣਾਵਾਂ ਜਾਪ ਸਾਹਿਬ ਦੀਆਂ। ਨਮੋ ਮੰਤਰ ਮੰਤਰੰ, ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਪਤਾ ਹੋਵੇਗਾ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਮੰਤਰ ਕਹਿੰਦੇ ਨੇ ਬੋਲ ਨੂੰ, ਸ਼ਬਦ ਨੂੰ, ਆਵਾਜ਼ ਨੂੰ। ਅੱਜ ਵੀ ਪੰਜਾਬ ਦੇ ਪਿੰਡਾਂ 'ਚ ਕਹਿ ਦਿੰਦੇ ਨੇ, ਆਵਾਜ਼ਾਂ ਲਓ, ਗੁਰੂ ਗ੍ਰੰਥ ਸਾਹਿਬ ਦਾ ਆਵਾਜ਼ਾਂ ਲਓ, ਵਾਕ ਲਓ, ਅੱਜ ਵੀ ਕਹਿੰਦੇ ਨੇ ਸ਼ਬਦ ਲਓ। ਮੰਤਰ ਬਾਣੀ, ਮੰਤਰ ਮਖਾਂ ਪੁਰਖਨ ਕੀ, ਸੰਸਕ੍ਰਿਤ ਦਾ ਸ਼ਬਦ ਹੈ, ਬੋਲ ਨੂੰ ਮੰਤਰ ਕਹਿੰਦੇ ਨੇ, ਮੰਤਰ ਦੇ ਅਰਥ ਨੇ ਬੋਲ। ਕਿਸੇ ਇੱਕ ਵਿਸ਼ੇਸ਼ ਬੋਲ ਵਿੱਚ, ਮੰਤਰ ਵਿੱਚ, ਸ਼ਬਦ ਵਿੱਚ ਆਪਣਾ ਧਿਆਨ ਜੋੜਨਾ ਧਰਮ ਧਿਆਨ ਸਾਧਨਾ ਹੈ। ਅਤੇ ਧਿਆਨ ਉਸ ਸ਼ਬਦ ਵਿੱਚ ਕੇਂਦਰਿਤ ਹੋ ਜਾਏ, ਟਿਕ ਜਾਏ, ਤਾਂ ਫਿਰ ਉਹਨੂੰ ਕਹਿੰਦੇ ਨੇ, ਇਹਨੂੰ ਮੰਤਰ ਸਿੱਧੀ ਦੀ ਪ੍ਰਾਪਤੀ ਹੋ ਗਈ, ਇਹਨੂੰ ਸ਼ਬਦ ਸਿੱਧੀ ਮਿਲ ਗਈ ਹੈ, ਇਹਦਾ ਸ਼ਬਦ ਜਪਿਆ ਹੋਇਆ ਸਿੱਧ ਹੋ ਗਿਆ, ਇਹਦਾ ਜਪਿਆ ਹੋਇਆ ਮੰਤਰ ਸਿੱਧ ਹੋ ਗਿਆ। ਅਤੇ ਸਿੱਧ ਹੋ ਗਿਆ ਪਤਾ ਕਿਵੇਂ ਚੱਲਦਾ, ਇਹ ਜਿੱਥੇ ਇਸ ਨੂੰ ਲਾਗੂ ਕਰਨਾ ਚਾਹੁੰਦਾ ਲੱਗ ਜਾਂਦਾ, ਹੋ ਜਾਂਦਾ। ਤਾਂ ਜਿਸ ਦਾ ਮੰਤਰ ਚੱਲਦਾ ਉਹਨੂੰ ਸੰਸਕ੍ਰਿਤ ਵਿੱਚ ਫਿਰ ਮੰਤਰੀ ਕਹਿੰਦੇ ਨੇ, ਜਿਹਦਾ ਬੋਲ ਚੱਲਦਾ, ਜਿਹਦਾ ਹੁਕਮ ਚੱਲਦਾ, ਮੰਤਰੀ। ਮੰਤਰ ਜਪ ਜਪ ਕੇ ਮੰਤਰ ਸਿੱਧ ਹੋ ਗਿਆ, ਅਤੇ ਜਿਸ ਦਾ ਮੰਤਰ ਸਿੱਧ ਹੋ ਗਿਆ ਉਹਨੂੰ ਕਹਿੰਦੇ ਨੇ, ਇਹਦੇ ਕੋਲ ਵਾਕ ਸਿੱਧੀ ਹੈ, ਸ਼ਬਦ ਸਿੱਧੀ ਹੈ, ਮੰਤਰ ਸਿੱਧੀ ਹੈ, ਅਤੇ ਮੰਤਰੀ ਹੋ ਗਿਆ। ਪੰਜਾਬੀ 'ਚ ਕਹਿੰਦੇ ਨੇ ਮਾਂਦਰੀ, ਇਹ ਤਾਂ ਮਾਂਦਰੀ ਹੈ, ਇਹਦਾ ਬੋਲ ਚੱਲਦਾ, ਇਹਦਾ ਮੰਤਰ ਚੱਲਦਾ। ਮੰਤਰ ਤੋਂ ਬਾਅਦ ਹੈ ਜੰਤਰ, ਲਿਖ ਕੇ ਕੋਈ ਵਿਸ਼ੇਸ਼ ਤਰ੍ਹਾਂ ਦਾ ਧਾਗਾ ਤਵੀਜ਼ ਜੋ ਚੱਲਦਾ ਉਹਨੂੰ ਯੰਤਰ ਕਹਿੰਦੇ ਨੇ। ਤੰਤਰ ਵਿਸ਼ੇਸ਼ ਤਰ੍ਹਾਂ ਦਾ ਅਨੁਸ਼ਠਾਨ, ਪੁਨਿਆ ਮਾਵਸ ਵਾਲੇ ਦਿਨ ਜਾਂ ਮਰਗੜ ਘਾੜ ਵਿੱਚ, ਜਾਂ ਵਿਸ਼ੇਸ਼ ਤਰ੍ਹਾਂ ਦੀਆਂ ਸਾਧਨਾਵਾਂ ਕਰਕੇ ਕਿਸੇ ਖਾਸ ਮਕਸਦ ਦੀ ਸਿੱਧੀ ਲਈ ਇਹ ਸਾਧਨਾ ਕਰਨੇ, ਉਹਨੂੰ ਤੰਤਰ ਕਹਿੰਦੇ ਨੇ। ਅਤੇ ਤੰਤਰ ਤਾਂਤਰਿਕ, ਕਾਲਾ ਵੀ ਆਉਂਦਾ ਹੈ, ਚਿੱਟਾ ਵੀ ਆਉਂਦਾ ਹੈ, ਇਹਨੂੰ ਇਸ ਤਰ੍ਹਾਂ ਕਹਿੰਦੇ ਨੇ ਵੀ ਇਹ ਤਾਂਤਰਿਕ ਤਾਂ ਹੈ ਪਰ ਇਹ ਕਾਲਾ ਤਾਂਤਰਿਕ ਹੈ। ਦੂਸਰੇ ਦੇ ਵਿਚਾਰ ਨੂੰ ਪੜ੍ਹਨਾ, ਦੂਸਰੇ ਨੂੰ ਕਾਬੂ ਕਰਨਾ, ਦੂਸਰੇ ਨੂੰ ਅਧੀਨ ਕਰਨਾ, ਰੂਹਾਂ ਨੂੰ ਪਕੜਨਾ, ਜਿਹਦੇ ਕੋਲ ਤਾਂਤਰਿਕ ਸਿੱਧੀ ਹੋਵੇ ਉਹਨੂੰ ਤਾਂਤਰਿਕ ਕਹਿੰਦੇ ਨੇ। ਇਸ ਤਰ੍ਹਾਂ ਦੇ ਤਾਂਤਰਿਕ ਬੰਗਾਲ ਵਿੱਚ ਬਹੁਤ ਸਾਰੇ ਸਨ, ਰਾਜੇ ਭੋਜ ਦੇ ਸਮੇਂ 'ਤੇ ਮੱਧੇ ਭਾਰਤ ਵਿੱਚ ਵੀ ਬਹੁਤ ਸਾਰੇ ਸਨ, ਪਰ ਰਾਜੇ ਭੋਜ ਨੇ ਮਾਰ ਦਿੱਤੇ ਸਨ, ਕਹਿਣ ਲੱਗੇ ਗਲਤ ਵਿੱਦਿਆ, ਇਸ ਵਿੱਦਿਆ ਦੇ ਰਾਹੀਂ ਦੂਜੇ ਨੂੰ ਆਪਣੇ ਅਧੀਨ ਕਰ ਲੈਣਾ, ਜ਼ੇਰ ਅਸਰ ਕਰ ਲੈਣਾ, ਇਹ ਗਲਤ ਹੈ। ਮੰਤਰ ਜੰਤਰ ਤੰਤਰ ਅਤੇ ਫਿਰ ਇਸ਼ਟ, ਧਾਰਮਿਕ ਜਗਤ ਵਿੱਚ ਇਹਨਾਂ ਚਾਰਾਂ ਦੀ ਗੱਲ ਹੈ। ਇਹ ਮੇਰਾ ਇਸ਼ਟ ਹੈ, ਇਹ ਮੇਰਾ ਮੰਤਰ ਹੈ, ਇਹ ਮੇਰਾ ਯੰਤਰ, ਇਹ ਧਾਗਾ ਤਵੀਜ਼ ਮੈਂ ਪਹਿਨੀ ਹੋਈ ਹੈ, ਔਰ ਇਹ ਮੈਂ ਤਾਂਤਰਿਕ ਵਿੱਦਿਆ ਕਰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੇ ਪ੍ਰਭੂ, ਤੇਰਾ ਨਾਮ ਹੀ ਮੰਤਰਾਂ ਦੇ 'ਚੋਂ ਸਿਰਮੌਰ ਮੰਤਰ ਹੈ, ਜੰਤਰਾਂ ਦੇ 'ਚੋਂ ਸਿਰਮੌਰ ਜੰਤਰ ਹੈ, ਤੰਤਰਾਂ ਦੇ 'ਚੋਂ ਸਿਰਮੌਰ ਤੰਤਰ ਹੈ, ਔਰ ਇਸ਼ਟਾਂ ਦੇ 'ਚੋਂ ਸਿਰਮੌਰ ਇਸ਼ਟ ਹੈ ਤੇਰਾ ਨਾਮ, ਔਰ ਕੋਈ ਇਸ਼ਟ ਨਹੀਂ। ਤੂੰ ਹੀ ਮੇਰਾ ਇਸ਼ਟ ਹੈ, ਤੇਰਾ ਨਾਮ ਹੀ ਮੇਰਾ ਮੰਤਰ ਹੈ, ਤੇਰਾ ਨਾਮ ਹੀ ਮੇਰਾ ਯੰਤਰ ਹੈ, ਤੇਰਾ ਨਾਮ ਹੀ ਮੇਰੇ ਲਈ ਤੰਤਰ ਹੈ, ਅਤੇ ਤੇਰਾ ਨਾਮ ਹੀ ਮੇਰਾ ਇਸ਼ਟ ਹੈ, ਮੇਰਾ ਇਸ਼ਟ ਹੋਰ ਕੋਈ ਵੀ ਨਹੀਂ। ਮੈਂ ਤੈਨੂੰ ਨਮਸਕਾਰ ਕਰਦਾ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ,
नमो इष्ट इष्टे नमो तंत्र।